ਹੈ ਸਾਰੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ। ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ। ਅਤੇ ਫਰੈਂਡਸ, ਅੱਜ ਹੈਗੀ ਹੈ ਜੀ ਬਹੁਤ ਗਰਮੀ, ਅਤੇ ਅੱਜ ਮੈਂ ਰੈਡੀ ਸ਼ੈਡੀ ਹੋਈ ਹਾਂ, ਜਿਹੜਾ ਕਿ ਤੁਹਾਨੂੰ ਥੰਬਨੇਲ ਤੋਂ ਪਤਾ ਚੱਲ ਹੀ ਗਿਆ। ਅੱਜ ਚੱਲੀ ਹਾਂ ਜੀ ਮੈਂ ਮੇਲਾ ਦੇਖਣ ਭੂਆ ਜੀ ਉਹਨਾਂ ਦੇ ਨਾਲ, ਅਤੇ ਬਸ ਹੁਣ ਮੈਂ ਘਰੋਂ ਤੁਰਨ ਲੱਗੀ ਹਾਂ ਕਿਉਂਕਿ ਫੋਨ ਉਹਨਾਂ ਦਾ ਆ ਗਿਆ ਕਿ ਜਲਦੀ ਆ ਜਾ, ਲੇਟ ਹੋ ਜਾਣਾ ਕਿਉਂਕਿ ਹਜੇ ਮੈਂ ਜਾਊਂਗੀ, ਫਿਰ ਮੈਂ ਸਾਹਮਣੇ ਵਾਲ ਪਹੁੰਚਣਾ, ਫਿਰ ਉੱਥੇ ਤੋਂ ਅਸੀਂ ਇਕੱਠੇ ਹੋ ਕੇ ਜਾਵਾਂਗੇ ਅੱਗੇ ਮੇਲੇ 'ਤੇ, ਅਤੇ ਤੁਹਾਨੂੰ ਵੀ ਮੇਲੇ ਦੀਆਂ ਰੌਣਕਾਂ ਦਿਖਾਵਾਂਗੇ ਅਤੇ ਕਿਵੇਂ ਦਾ ਪੰਜਾਬ ਦੇ ਮੇਲੇ ਹੁੰਦੇ ਨੇ ਜਿਹੜੇ ਨਹੀਂ ਹੈਗੇ ਇਸ ਟਾਈਮ ਪੰਜਾਬ 'ਚ, ਮਿਸ ਕਰ ਰਹੇ ਨੇ। ਅਤੇ ਬਸ ਹੁਣ ਆਪਾਂ ਚੱਲੇ ਜੀ ਘਰੋਂ, ਧੁੱਪ ਵੀ ਬਹੁਤ ਹੋ ਗਈ ਅਤੇ ਲੈਂਬਰਗਿਨੀ ਆਪਾਂ ਫੋਨ ਕਰਤਾ ਹੈ ਉਹ ਆ ਰਹੇ ਨੇ ਬਸ। ਫਰੈਂਡਸ, ਮੈਂ ਪਹੁੰਚ ਗਈ ਹਾਂ ਜੀ ਆਪਣੇ ਪਿੰਡ ਦੇ ਚੌਂਕ 'ਤੇ, ਅਤੇ ਇੱਥੇ ਮੈਂ ਨਾ ਵੇਟ ਕਰਦੀ ਹਾਂ ਲੈਂਬਰਗਿਨੀ, ਬਟ ਹਜੇ ਤੱਕ ਪਹੁੰਚੀ ਨਹੀਂ। 37 ਹੋ ਗਏ, 35 'ਤੇ ਕਿਹਾ ਸੀ ਕਿ 9:35 'ਤੇ ਆ ਜਾਣਾ, ਪਰ ਹਲੇ ਤੱਕ ਕੋਈ ਨਾਮੋ ਨਿਸ਼ਾਨ ਨਹੀਂ ਹੈਗਾ। ਇਹ ਸਾਡਾ ਸਕੂਲ ਹੈ ਜੀ ਜਿੱਥੇ ਮੈਂ ਪੜ੍ਹੀ ਹਾਂ, ਅਤੇ ਉੱਧਰ ਆਉਂਦਾ ਹੁੰਦਾ ਬਟ ਆਇਆ ਨਹੀਂ, ਲੇਟ ਨਾ ਹੋ ਜਾਵਾਂ ਮੈਂ। ਅਤੇ ਫਾਈਨਲੀ ਲੈਂਬਰਗਿਨੀ ਵੀ ਮਿਲ ਗਈ ਸੀਗੀ ਮੈਨੂੰ, ਅਤੇ ਬੱਸ ਚੱਲ ਪਈ ਸੀਗੀ ਮੈਂ ਅਤੇ ਖਮਾਣੋ ਸ਼ਹਿਰ ਪਹੁੰਚ ਗਈ ਸੀ। ਅਤੇ ਬੱਸ ਸੁਣੇ ਆ ਕਿ ਮੈਨੂੰ ਫਟਾਫਟ ਬੱਸ ਮਿਲ ਜਾਵੇ ਕਿਉਂਕਿ ਮੈਂ ਬਹੁਤ ਲੇਟ ਹੋ ਗਈ ਹਾਂ, ਅਤੇ ਇੱਥੋਂ ਮੈਂ ਬੱਸ ਲਈ ਬੱਸ, ਅਤੇ ਉਸ ਤੋਂ ਬਾਅਦ ਅਤੇ ਅੱਗਿਓਂ ਵੀ ਮੈਨੂੰ ਛੇਤੀ ਮਿਲ ਗਈ ਸੀ ਸਾਹਨੇ ਵਾਲ ਤੋਂ ਕੁਹਾੜਾ ਜਾਣ ਵਾਲੀ ਬੱਸ, ਅਤੇ ਬਹਿ ਗਈ ਸੀ ਅਤੇ ਸੀਟ ਵੀ ਮੈਨੂੰ ਫਰੰਟ 'ਤੇ ਮਿਲੀ ਸੀ, ਬਟ ਸਿੱਧੀ ਧੁੱਪ ਪੈ ਰਹੀ ਸੀ, ਬਹੁਤ ਜ਼ਿਆਦਾ ਗਰਮੀ ਹੋਈ ਪਈ ਹੈ। ਬਸ ਹੁਣ ਫਟਾਫਟ, ਇੱਥੋਂ ਤਾਂ ਸਿਰਫ 10 ਕੁ ਮਿੰਟ ਦਾ ਹੀ ਰਾਹ ਹੁੰਦਾ ਹੈ, ਸਿਰਫ ਪੁਲ ਜਿਹੇ ਵਿਚਾਲੇ ਆਉਂਦਾ ਹੈ ਅਤੇ ਉਹ ਮਤਲਬ ਪਾਰ ਕਰਨ ਤੋਂ ਬਾਅਦ ਫਿਰ ਸਾਹਨੇ ਵਾਲ ਦਾ ਹੀ ਗੇਟ ਆ, 10 ਮਿੰਟ ਦਾ ਰਾਹ ਹੈ। ਇਹ ਬਾਕੀ ਕਿਉਂਕਿ 10 ਮਿੰਟ ਦੇ ਰਾਹ ਕਰਕੇ ਬੱਸ ਖੜ੍ਹੀ ਹੁੰਦੀ ਹੈ, ਇਹਦੇ 1.5 ਘੰਟਾ ਲੱਗ ਜਾਂਦਾ ਇੱਥੇ ਉਹ, ਬਟ ਰੱਬ ਦਾ ਸ਼ੁਕਰ ਹੈ ਮੈਨੂੰ ਬੱਸ ਛੇਤੀ ਮਿਲ ਗਈ ਸੀਗੀ ਇਸ ਲਈ ਪਹੁੰਚ ਗਈ ਸੀ, ਅਤੇ ਸਾਹਨੇਵਾਲ ਵਾਲੇ ਪੁਲ ਪਹੁੰਚ ਗਈ ਸੀ। ਅਤੇ ਇਹ ਕਈ ਮੈਨੂੰ ਪੁੱਛਦੇ ਸੀ ਕਿ ਕਿਹੜਾ ਕਿੱਥੇ ਹੈ ਸਾਹਨੇਵਾਲ, ਅਤੇ ਇਹ ਗੁਰਦੁਆਰਾ ਸਾਹਿਬ ਹੈ ਜੀ, ਰੇਰੂ ਸਾਹਿਬ ਗੁਰਦੁਆਰਾ ਸਾਹਿਬ, ਇਤਿਹਾਸਿਕ ਗੁਰਦੁਆਰਾ ਸਾਹਿਬ ਆ। ਅਤੇ ਇਹ ਗੇਟ ਹੈ ਜੀ ਸਾਹਨੇਵਾਲ ਦਾ ਮੇਨ, ਅਤੇ ਇੱਧਰਲੇ ਪਾਸੇ ਹੈਗਾ ਰੇਰੂ ਸਾਹਿਬ ਗੁਰਦੁਆਰਾ ਸਾਹਿਬ। ਅਤੇ ਬਸ ਪਹੁੰਚ ਗਈ ਸੀ ਅਤੇ ਹੁਣ ਫਟਾਫਟ ਤੁਰ ਕੇ ਜਾਂਦੇ ਹਾਂ ਘਰ। ਅਤੇ ਫਰੈਂਡਸ, ਅਸੀਂ ਹੋ ਗਏ ਸੀ ਜੀ ਇਕੱਠੇ, ਅਤੇ 2 ਜਣਿਆਂ ਨੇ ਹੋਰ ਨੇ ਹੁਣ ਅਸੀਂ ਨਾਲ ਤਾਂ ਵੇਟ ਕਰ ਰਹੇ ਹਾਂ। ਅਤੇ ਅਸੀਂ ਚੱਲ ਪਏ ਸੀਗੇ ਘਰੋਂ ਜੀ ਮੇਲੇ ਵੱਲ ਨੂੰ, ਅਤੇ ਅਸੀਂ ਜਾਣਾ ਸੀ ਬਿਲਾਸਪੁਰ ਪਿੰਡ ਇਹਨਾਂ ਦੇ, ਜਿਹੜਾ ਮਤਲਬ ਪੁਰਾਣਾ ਪਿੰਡ ਹੈ, ਅਤੇ ਇਹ ਰਾੜਾ ਸਾਹਿਬ ਕੋਲ ਪੈ ਜਾਂਦਾ ਹੈ। ਅਤੇ ਉੱਥੇ ਅੱਜ ਮੇਲਾ ਹੈ, ਅਤੇ ਅੱਜ ਮੈਨੂੰ ਵੀ ਬੁਲਾ ਲਿਆ ਸੀ, ਮੈਂ ਕਿਹਾ ਚਲੋ ਮੇਲਾ, ਪਹਿਲਾਂ ਤਾਂ ਮੇਰਾ ਕੋਈ ਮਤਲਬ ਮਨ ਹੈ ਨਹੀਂ ਸੀ ਜਾਣ ਦਾ, ਬਟ ਅਚਾਨਕ ਹੀ ਬਣ ਗਿਆ, ਅਤੇ ਘਰੋਂ ਅਸੀਂ ਚੱਲ ਪਏ ਸੀਗੇ। ਹੁਣ ਦੇਖਦੇ ਹਾਂ ਜਾ ਕੇ ਮੇਲੇ ਦੀਆਂ ਰੌਣਕਾਂ। ਅਤੇ ਲਓ ਫਰੈਂਡਸ, ਪਹੁੰਚ ਗਏ ਸੀਗੇ ਅਸੀਂ 1.25 ਘੰਟੇ ਬਾਅਦ ਮੇਲੇ 'ਤੇ, ਅਤੇ ਮੇਲੇ ਦੀਆਂ ਰੌਣਕਾਂ ਦੇਖਦੇ ਹਾਂ। ਬਟ ਗਰਮੀ ਇੰਨੀ ਜ਼ਿਆਦਾ ਹੋ ਗਈ ਸੀ ਨਾ, ਬਹੁਤ ਹੁੰਮਸ ਹੋ ਗਿਆ ਸੀਗਾ ਬਾਹਰ, ਅਤੇ ਕਿਉਂਕਿ ਅਸੀਂ ਤਾਂ ਹੁਣ ਬੈਠੇ ਵੀ ਏਸੀ 'ਚ ਸੀ, ਬਾਹਰ ਨਿਕਲ ਕੇ ਬਹੁਤ ਜ਼ਿਆਦਾ ਗਰਮੀ ਲੱਗਣੀ ਹੈ। ਅਤੇ ਕਾਫੀ ਮਤਲਬ ਜਿਹੜੇ ਲੋਕ ਆ ਰਹੇ ਸੀਗੇ ਅਤੇ ਤੁਰੇ ਹੀ ਆ ਰਹੇ ਸੀਗੇ ਦੂਰ ਦੂਰ ਤੋਂ। ਅਤੇ ਇੱਧਰ ਦੇਖ ਲਓ ਜੀ ਪਕੌੜਿਆਂ ਦੀ ਸਟਾਲਾਂ ਲੱਗੀਆਂ ਹੋਈਆਂ, ਮੇਲੇ ਦੀ ਨਾ ਮੇਨ ਮਤਲਬ ਜਿਹੜੀ ਚੀਜ਼ ਦੇਖਣ ਨੂੰ ਮਿਲਦੀ ਉਹ ਪਕੌੜੇ ਲੱਗੇ ਹੁੰਦੇ ਨੇ, ਜਿਹੜੇ ਆਪਣੇ ਪਿੰਡਾਂ ਦੇ ਪੰਜਾਬ ਦੇ ਮੇਲੇ ਨੇ, ਪਕੌੜੇ ਹੁੰਦੇ ਹੀ ਹੁੰਦੇ ਨੇ ਜ਼ਰੂਰ। ਅਤੇ ਬਸ ਹੁਣ ਪਹੁੰਚ ਗਈਆਂ ਜੀ, ਗੱਡੀ ਇੱਕ ਸਾਈਡ ਲਾਵਾਂਗੇ ਅਤੇ ਉੱਤਰ ਕੇ ਦੇਖਦੇ ਹਾਂ ਮੇਲੇ ਦੀਆਂ ਰੌਣਕਾਂ। ਅਤੇ ਫਰੈਂਡਸ, ਅਸੀਂ ਟੇਕ ਲਿਆ ਸੀਗਾ ਜੀ ਮੱਥਾ ਅਤੇ ਪ੍ਰਸ਼ਾਦ ਲੈ ਕੇ ਬਹਿ ਗਏ ਹਾਂ,
ਅਤੇ ਬਸ ਹੁਣ ਥੋੜ੍ਹੇ ਟਾਈਮ ਤੱਕ ਆਪਾਂ ਦੁਕਾਨਾਂ ਪਰ ਵੀ ਜਾਵਾਂਗੇ। ਪਹਿਲਾਂ ਇਸ ਕੇ ਚਲੋ ਅੱਧਾ ਕੁ ਘੰਟਾ ਬਹਿ ਜਾਈਏ। ਅਤੇ ਇੱਧਰ ਉੱਧਰ ਅਸੀਂ ਸੰਗਤਾਂ ਦੇਖੀਆਂ, ਬਹੁਤ ਇਕੱਠ ਹੋਇਆ ਹੋਇਆ ਸੀਗਾ, ਬਹੁਤ ਜ਼ਿਆਦਾ ਰਸ਼ ਸੀ, ਸੰਗਤ ਆਈ ਜਾ ਰਹੀਆਂ ਸੀ, ਜਾਈ ਜਾ ਰਹੀਆਂ ਸੀ, ਪਰ ਰਸ਼ ਉਹਨੇ ਦਾ ਉਨਾ ਸੀਗਾ। ਅਤੇ ਇੱਥੋਂ ਬਸ ਅਸੀਂ ਅੱਗੇ ਵੱਲ ਨੂੰ ਵੱਧ ਗਏ ਸੀਗੇ ਜੀ, ਅਤੇ ਹੁਣ ਸ਼ੁਰੂ ਹੋ ਗਈਆਂ ਨੇ ਆਪਣੀਆਂ ਦੁਕਾਨਾਂ। ਰੌਣਕ ਇੰਨੀ ਜ਼ਿਆਦਾ ਭੀੜ ਸੀ ਨਾ, ਹੁੰਮਸ ਵੀ ਬਹੁਤ ਹੋਇਆ ਹੋਇਆ ਸੀ, ਬਟ ਫਿਰ ਵੀ ਲੋਕ ਆ ਰਹੇ ਸੀ, ਜਾ ਰਹੇ ਸੀਗੇ। ਅਤੇ ਹੁਣ ਬਾਕੀ ਤੁਹਾਨੂੰ ਸਾਰਾ ਮੇਲਾ ਦਿਖਾਉਂਦੇ ਹਾਂ ਜੀ, ਕਿਹੜੀ ਕਿਹੜੀ ਇਹ ਦੁਕਾਨਾਂ ਨੇ। ਅਤੇ ਮੈਨੂੰ ਤਾਂ ਨਾ ਬਸ ਚੀਜ਼ ਇੰਨਾ ਲੈਣ ਦਾ ਨਹੀਂ ਹੁੰਦਾ ਜਿੰਨਾ ਮੈਨੂੰ ਦੇਖਣ ਦਾ ਹੁੰਦਾ, ਚੀਜ਼ਾਂ ਵਧੀਆ ਵਧੀਆ। ਅਤੇ ਇੰਨੇ ਵੱਡੇ ਹੋ ਗਏ, ਬਟ ਹੁਣ ਵੀ ਟੋਇਜ਼ ਵਗੈਰਾ ਦੇਖਣ 'ਚ ਬਹੁਤ ਮਜ਼ਾ ਆਉਂਦਾ। ਅਤੇ ਜ਼ਰੂਰ ਜ਼ਰੂਰ ਦੱਸਿਓ ਕਿਹਨੂੰ ਹਜੇ ਵੀ ਟੋਇਜ਼ ਦੇਖਣੇ ਅਤੇ ਖਰੀਦਣੇ ਵਧੀਆ ਲੱਗਦੇ ਨੇ। ਅਤੇ ਬਸ ਇਹ ਦੇਖਦੇ ਜਾ ਰਹੇ ਸੀਗੇ, ਅਤੇ ਕਿਉਂਕਿ ਸਾਡੇ ਮੇਰੇ ਟਾਈਮ ਤਾਂ ਇੰਨੇ ਜ਼ਿਆਦਾ ਖਿਡੌਣੇ ਨਹੀਂ ਸੀ ਹੁੰਦੇ, ਠੀਕ ਠੀਕ ਕੋਈ ਨਾ ਕੋਈ ਬਸ ਭਾਂਡੇ ਜਿਹੇ ਹੁੰਦੇ ਸੀ, ਗੁੱਡੀਆਂ ਹੁੰਦੀਆਂ ਸੀਗੀਆਂ। ਬਟ ਹੁਣ ਤਾਂ ਬਹੁਤ ਤਰ੍ਹਾਂ ਦੀ ਵਰਾਇਟੀਜ਼ ਆ ਗਈਆਂ ਨੇ ਖਿਡੌਣਿਆਂ ਦੇ ਵਿੱਚ ਵੀ। ਅਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਜੀ ਅੱਗੇ ਅੱਗੇ ਜਾ ਕੇ ਸਾਰੀਆਂ ਸ਼ੋਪਸ ਕੇ ਕਾਹਦੀਆਂ, ਖਾਣ ਪੀਣ ਦੀਆਂ ਵੀ ਭਰਪੂਰ ਮਾਤਰਾ ਵਿੱਚ ਆਪਣੀਆਂ ਦੁਕਾਨਾਂ ਸੀਗੀਆਂ। ਇਸ ਕੇ ਚਲੋ ਖਾਣ ਪੀਣ ਦਾ ਬਾਅਦ ਚੋਂ ਕਰਾਂਗੇ, ਪਹਿਲਾਂ ਇੱਦਾਂ ਦੇਖ ਲਈਏ, ਜੇ ਕੋਈ ਚੀਜ਼ ਪਸੰਦ ਆਉਂਦੀ ਹੈ ਤਾਂ ਖਰੀਦ ਵੀ ਲਵਾਂਗੇ। ਅਤੇ ਇੱਧਰ ਖਾਣ ਪੀਣ ਦੀਆਂ ਦੇਖੀਆਂ, ਖਾਣ ਪੀਣ ਦੀਆਂ ਮਤਲਬ ਖੁਸ਼ਬੂ ਆ ਰਹੀ ਸੀਗੀ। ਅਤੇ ਫਿਰ ਨਾ ਅਸੀਂ ਦੇਖਿਆ ਇਹ ਕਿੱਟਾਂ ਇੰਨੀ ਸੋਹਣੀਆਂ ਸੀ ਨਾ, ਅਤੇ ਇਹ ਜੇ ਆਪਾਂ ਨਾ ਸ਼ੋਪ ਤੋਂ ਲੈਂਦੇ ਜਾ ਕੇ ਤਾਂ ਆਪਾਂ ਨੂੰ ਇਹੀ ਚੀਜ਼ ਉਹਨਾਂ ਨੇ ਇੰਨੀ ਮਹਿੰਗੀ ਲਾਈ ਹੁੰਦੀ ਆ, ਬਟ ਇਹਨਾਂ ਦਾ ਪ੍ਰਾਈਜ਼ ਬਹੁਤ ਹੀ ਜ਼ਿਆਦਾ ਨਾ ਮਤਲਬ ਰੀਜ਼ਨੇਬਲ ਸੀਗਾ। ਅਤੇ ਤੁਸੀਂ ਦੇਖ ਸਕਦੇ ਹੋ, ਮਤਲਬ ਇਹ ਨਹੀਂ ਸੀਗਾ ਕਿ ਕੁਆਲਿਟੀ ਘਟੀਆ ਹੋਊਗੀ, ਕੁਆਲਿਟੀ ਵੀ ਵਧੀਆ ਸੀ, ਕਿਉਂਕਿ ਅਸੀਂ ਦੇਖਿਆ ਸੀ ਪੂਰੀ ਤਰ੍ਹਾਂ ਇਹਨਾਂ ਨੂੰ ਖੋਲ੍ਹ ਕੇ, ਅਤੇ ਬਹੁਤ ਹੀ ਵਧੀਆ ਸੀ। ਅਤੇ ਜਿਹੜੇ ਇਹ ਸੀਗੇ ਸਾਰੀਆਂ ਕਿੱਟਾਂ ਇੱਧਰ ਵਾਲੀਆਂ, ਇਹਨਾਂ ਦੇ 250 ਪ੍ਰਾਈਸ ਸੀ, ਅਤੇ ਇਹ ਬਸ 100-100 ਰੁਪਏ ਦੀਆਂ ਸੀਗੀਆਂ। ਇਹ ਬਹੁਤ ਜ਼ਿਆਦਾ ਸਸਤੀਆਂ ਸੀਗੀਆਂ, ਅਤੇ ਮੈਨੂੰ ਵੈਸੇ ਮੇਰਾ ਮਨ ਹੋ ਰਿਹਾ ਸੀਗਾ ਡਬਲ ਮਾਈਂਡਡ ਕਿ ਲਵਾਂ ਜਾਂ ਨਾ ਲਵਾਂ। ਅਤੇ ਜੇ ਲੈਂਦੇ ਹਾਂ ਨਾ ਫਿਰ ਕਲਰਸ ਵਿੱਚ ਕਨਫਿਊਜ਼ ਹੋ ਜਾਂਦੇ ਹਾਂ, ਬਟ ਮੈਨੂੰ ਇਹ ਪਸੰਦ ਆਈ। ਪਹਿਲਾਂ ਦੂਸਰੀ ਵਾਲੀ ਦੇਖੀ, ਅਤੇ ਉਸ ਤੋਂ ਬਾਅਦ ਮੈਨੂੰ ਵਾਈਟ ਹੀ ਪਸੰਦ ਆਈ, ਅਤੇ ਮੈਂ ਕਿਹਾ ਚਲੋ ਲੈ ਲੈਂਦੇ ਹਾਂ ਫਿਰ ਵਾਈਟ ਏ, ਅਤੇ ਲੈ ਕੇ ਰੱਖ ਲੈਂਦੇ ਹਾਂ। ਰੱਖ ਲੈਂਦੇ ਮੈਂ ਕਿਹਾ ਲੈ ਕੇ ਅਤੇ ਪਿਛਲੀ ਸ਼ੋਪ ਤੋਂ ਫਰੈਂਡਸ ਮੈਂ ਵਾਈਟ ਕਿੱਟ ਲੈ ਲਈ ਸੀ, ਬਟ ਜਦੋਂ ਅੱਗੇ ਗਏ ਤਾਂ ਅੱਗੇ ਹੋਰ ਵੀ ਜ਼ਿਆਦਾ ਸੋਹਣੇ ਸੋਹਣੇ ਸੀਗੀਆਂ ਕਿੱਟਾਂ, ਅਤੇ ਤੁਸੀਂ ਦੇਖ ਸਕਦੇ ਹੋ ਇੰਨੀ ਸੋਹਣੀਆਂ ਸੀ ਨਾ। ਬਸ ਇਹ ਸੀ ਕਿ ਸਾਰੀਆਂ ਖਰੀਦਣਾ, ਬਟ ਸਾਰੀਆਂ ਖਰੀਦ ਨਹੀਂ ਸੀ ਸਕਦੀ। ਅਤੇ ਇਸ ਕੇ ਚਲੋ ਦੇਖਦੇ ਹਾਂ, ਬਟ ਰਸ਼ ਇੰਨਾ ਜ਼ਿਆਦਾ ਸੀ ਨਾ, ਭੀੜ ਸਾਹ ਬੰਦ ਹੋ ਰਿਹਾ ਸੀਗਾ, ਅਤੇ ਫਟਾਫਟ ਅਸੀਂ ਇੱਥੋਂ ਪਹਿਲਾਂ ਲੰਘਣ ਦੀ ਕਰੀ। ਇਸ ਕੇ ਚਲੋ ਦੇਖ ਲੈਂਦੇ ਹਾਂ, ਵਿੱਚ ਨੂੰ ਮੈਨੂੰ ਮਸਾਂ ਹੀ ਜਗ੍ਹਾ ਮਿਲੀ ਲੰਘਣ ਦੀ, ਅਤੇ ਇੱਥੋਂ ਅਸੀਂ ਹੋਰ ਪਾਸ ਦੇਖਣੇ ਸ਼ੁਰੂ ਕਰਤੇ। ਅਤੇ ਉਸ ਤੋਂ ਬਾਅਦ ਗਏ ਜੀ ਰੁਮਾਲ 'ਤੇ, ਕਿਉਂਕਿ ਰੁਮਾਲ ਦੀ ਬਹੁਤ ਜ਼ਿਆਦਾ ਪ੍ਰੋਬਲਮ ਰਹਿੰਦੀ ਹੈ, ਕਿਤੇ ਲੈ ਜਾਓ ਉੱਥੇ ਗਿਰ ਜਾਂਦਾ, ਮੁੜ ਕੇ ਪਤਾ ਨਹੀਂ ਰਹਿੰਦਾ, ਇਸ ਲਈ ਮੈਂ ਕਿਹਾ ਰੁਮਾਲ ਲੈਣੇ ਆ ਬਈ ਗਿਰ ਜਾਂਦੇ ਨੇ। ਅਤੇ ਜਿਹੜੀ ਉਹ 20-30 ਸੇਲ ਦਿਖਦੀ ਹੈ ਤੁਹਾਨੂੰ, ਉੱਥੇ ਤਾਂ ਬਹੁਤ ਰਸ਼ ਸੀ, ਸਾਡੀ ਵਾਰੀ ਹੋਈ ਆਈ ਹੈਗੀ ਉੱਥੇ। ਅਤੇ ਅਸੀਂ ਫਿਰ ਕਿਹਾ ਚਲੋ ਕੋਈ ਗੱਲ ਨਹੀਂ, ਆਪਾਂ ਕਿੱਟ ਦੇਖ ਲੈਂਦੇ ਹਾਂ। ਅਤੇ ਫਿਰ ਅਸੀਂ ਅਗਲੀ ਸ਼ੋਪ 'ਤੇ ਗਏ ਸੀਗੇ, ਅਤੇ ਇੱਥੇ ਸੀਗੇ ਜੀ ਭਾਂਡੇ, ਅਤੇ ਇਹਨਾਂ ਦਾ ਰੇਟ ਸੀਗਾ ਮਤਲਬ 150 ਦੇ ਦੋ ਭਾਂਡੇ ਦੇ ਰਹੇ ਸੀ, ਕੋਈ ਵੀ ਚੱਕ ਲਓ 150 ਦੇ ਦੋ।
ਅਤੇ ਸਟੀਲ ਦੇ ਸੀਗੇ, ਅਸੀਂ ਕਿਹਾ ਚਲੋ ਕੰਮ ਆ ਜਾਂਦੇ ਹਾਂ ਮਾੜੇ ਮੋਟੇ ਕੰਮ ਲਈ, ਅਤੇ ਇੱਥੋਂ ਅਸੀਂ ਉਹ ਪਸੰਦ ਕਰਨ ਲੱਗੇ। ਭਾਂਡੇ ਤਾਂ ਲੈ ਲਏ ਸੀਗੇ, ਦੋ ਕੁ ਡੋਂਗੇ ਲੈ ਲਏ ਸੀਗੇ ਅਸੀਂ ਇੱਥੋਂ। ਅਤੇ ਫਿਰ ਅਸੀਂ ਕਿਹਾ ਜਦੋਂ ਤੱਕ ਕੁਛ ਖਾਈਏ ਨਾ, ਮੇਲਾ ਤਾਂ ਪੂਰਾ ਹੋਣਾ ਨਹੀਂ, ਇਸ ਲਈ ਮੈਨੂੰ ਟਿੱਕੀਆਂ ਦੀ, ਜਦ ਤੋਂ ਮੈਂ ਮੇਲੇ 'ਚ ਵੜ ਗਈ ਸੀ ਮੈਨੂੰ ਇਹਨਾਂ ਦੀ ਮਤਲਬ ਖੁਸ਼ਬੂ ਆ ਰਹੀ ਸੀਗੀ, ਅਤੇ ਇੱਕ ਪਲੇਟ ਇੱਥੋਂ ਮੈਂ ਟਿੱਕੀਆਂ ਦੀ ਕਰਾਈ। ਮੈਂ ਕਿਹਾ ਜੀ ਚਲੋ ਖਾ ਕੇ ਦੇਖਦੇ ਹਾਂ, ਅਤੇ ਟੇਸਟੀ ਸੀਗੀਆਂ ਕਾਫੀ। ਅਤੇ ਬਸ ਖਾਣ ਪੀਣ ਕਰਨ ਤੋਂ ਬਾਅਦ ਅਸੀਂ ਫਿਰ ਅਗਲੀ ਸ਼ੋਪ 'ਤੇ ਗਏ, ਅਤੇ ਬਾਕੀ ਤੁਹਾਨੂੰ ਦਿਖਾਉਂਦੇ ਹਾਂ। ਮਤਲਬ ਸਾਰਾ ਮੇਲਾ ਅਸੀਂ ਦੇਖਣਾ ਸੀ ਕਿ ਕੋਈ ਸ਼ੋਪ ਰਹਿ ਨਾ ਜਾਵੇ, ਦੇਖਣ ਤੋਂ ਕਿ ਕਿੱਥੇ ਕੀ ਚੀਜ਼ ਮਿਲਦੀ ਆ, ਅਤੇ ਕਿਉਂਕਿ ਜੇ ਨਹੀਂ ਵੀ ਖਰੀਦਣੀ ਥੋੜ੍ਹਾ ਦੇਖਣ ਦਾ ਹੀ ਹੁੰਦਾ ਕਿ ਦੇਖ ਲਈਏ ਨਾ ਕੋਈ ਚੀਜ਼ ਕੰਮ ਦੀ ਮਿਲ ਜਾਂਦੀ ਆ। ਅਤੇ ਬਸ ਇੱਦਾਂ ਹੀ ਦੇਖਦੇ ਦੇਖਦੇ ਅਸੀਂ ਅੱਗੇ ਜਾ ਰਹੇ ਹਾਂ ਜੀ, ਨਾਲੇ ਤੁਹਾਨੂੰ ਦਿਖਾ ਰਹੇ ਹਾਂ। ਅਤੇ ਦੇਖਦੇ ਦੇਖਦੇ ਫਰੈਂਡਸ ਮੈਨੂੰ ਮਿਲ ਗਈ ਮੇਰੇ ਕੰਮ ਦੀ ਚੀਜ਼। ਮੈਂ ਕਵਰ ਪਵਾਉਣਾ ਸੀਗਾ ਫੋਨ 'ਤੇ, ਅਤੇ ਕਿਉਂਕਿ ਜਿਹੜਾ ਮੈਂ ਪਹਿਲਾਂ ਪਵਾਇਆ ਸੀ ਉਹ ਟਾਈਟ ਸੀਗਾ ਕਵਰ, ਇਸ ਲਈ ਇੱਥੋਂ ਮੈਂ ਲਿਆ ਸਿਰਫ 100 ਰੁਪਏ ਦਾ। ਅਤੇ ਕਵਰ ਪਵਾਉਣ ਤੋਂ ਬਾਅਦ ਤਾਂ ਮੁੰਡਾ ਟਿਕਿਆ ਨਹੀਂ, ਇਹਨੇ ਦੇਖੋ ਕਿੰਨਾ ਮੋਟਾ ਹੈਵੀ ਕੜਾ ਲਿਆ ਹੈ, ਅਤੇ ਗਿਆ ਦੁਬਾਰਾ ਦੇਖਣ ਕਿ ਮੈਂ ਕੜਾ ਲੈਣਾ ਹੈ, ਅਤੇ ਇੰਨਾ ਭਾਰੀ ਕੜਾ ਲੈ ਗਿਆ, ਨਾਲ ਸਕੂਲ ਵਿੱਚ ਇਹਨੂੰ ਮਨਾ ਕੀਤਾ ਫਿਰ ਵੀ ਲਿਆ ਹੈ। ਅਤੇ ਬਸ ਅਸੀਂ ਪੂਰਾ ਮੇਲਾ ਅੰਦਰੋਂ ਦੇਖ ਕੇ ਆ ਗਏ ਸੀ, ਅਤੇ ਅਸੀਂ ਕਿ ਜਦ ਤੱਕ ਪਕੌੜੇ ਨਾ ਲਈਏ ਮੇਲਾ ਪੂਰਾ ਨਹੀਂ, ਅਤੇ ਅਸੀਂ ਇੱਥੋਂ ਪਕੌੜੇ ਵੀ ਖਰੀਦ ਲਏ ਸੀ ਘਰ ਲਈ। ਅਤੇ ਬਸ ਹੁਣ ਅਸੀਂ ਘਰ ਨੂੰ ਜਾਣ ਦੀ ਤਿਆਰੀ ਹੈ, ਅਤੇ ਇੱਥੇ ਵੇਟ ਕਰ ਰਹੇ ਹਾਂ, ਕਰਨਵੀਰ ਨਾ ਗੱਡੀ ਲੈਣ ਗਿਆ ਹੋਇਆ ਹੈ, ਬਸ ਉਹ ਆ ਜਾਵੇ ਫਿਰ ਆਪਾਂ ਚੱਲਦੇ ਹਾਂ ਜੀ ਘਰ ਨੂੰ, ਕਿਉਂਕਿ ਹੁਣ ਗਰਮੀ ਆਊਟ ਆਫ ਕੰਟਰੋਲ ਹੋ ਰਹੀ ਸੀ, ਬਰਦਾਸ਼ਤ ਨਹੀਂ ਸੀ ਹੋ ਰਹੀ। ਬਸ ਇੱਥੋਂ ਅਸੀਂ ਆਪਾਂ ਗੱਡੀ ਚੱਕੀ ਆਪਣੀ, ਅਤੇ ਹੁਣ ਚੱਲਦੇ ਹਾਂ ਜੀ ਘਰ ਨੂੰ, ਅਤੇ ਮੇਲੇ ਨੂੰ ਬੋਲੀ ਸਤਿ ਸ਼੍ਰੀ ਅਕਾਲ। ਅਤੇ ਸਾਰੀ ਸ਼ੋਪਿੰਗ ਵੀ ਆਪਾਂ ਆਪਣੀ ਡਨ ਕਰ ਲਈ ਸੀ, ਅਤੇ ਗੋਦੀ 'ਚ ਮੈਂ ਰੱਖੇ ਹੋਏ ਨੇ ਗਰਮ ਗਰਮ ਪਕੌੜੇ, ਕਿਉਂਕਿ ਗਰਮ ਬਹੁਤ ਸੀਗੇ, ਉਹਨੇ ਰਿੱਝਦੇ ਰਿੱਝਦੇ ਹੀ ਮਤਲਬ ਤੇਲ 'ਚੋਂ ਕੱਢ ਕੇ ਉੱਕਣੀ ਫੜਾ ਤੇ, ਅਤੇ ਸੇਕ ਬਹੁਤ ਜ਼ਿਆਦਾ ਹੋਇਆ ਪਿਆ ਸੀਗਾ। ਅਤੇ ਇਸ ਕਰਕੇ ਚਲੋ ਫਟਾਫਟ ਘਰ ਚੱਲਦੇ ਹਾਂ, ਕਿਉਂਕਿ ਰੈਸਟ ਥੋੜ੍ਹੀ ਜਿਹੀ ਰੈਸਟ ਕਰਨ ਤੋਂ ਬਾਅਦ ਮੈਂ ਅੱਗੇ ਜਾਣਾ ਹੈ ਫਿਰ ਆਪਣੇ ਘਰ ਨੂੰ, ਕਿਉਂਕਿ ਅੱਜ ਮੈਂ ਰਹਿਣਾ ਨਹੀਂ ਹੈਗਾ ਭੂਆ ਕੋਲ, ਅਤੇ ਇੱਥੋਂ ਮੈਂ ਅੱਗੇ ਨੂੰ ਜਾਣਾ। ਅਤੇ ਬਸ ਹੁਣ ਆਪਾਂ ਚੱਲ ਪਏ ਜੀ। ਅਤੇ ਫਾਈਨਲੀ ਫਰੈਂਡਸ ਮੈਂ ਅੱਧੇ ਰਸਤੇ 'ਚ ਪਹੁੰਚ ਗਈ, ਮਤਲਬ ਭੂਆ ਦੇ ਘਰ ਆ ਗਏ ਹਾਂ, ਅਤੇ ਹੁਣ ਗੇਟ ਖੋਲ੍ਹਣਗੇ, ਅਤੇ ਮੁੰਡਾ ਆਪਣੀ ਬਸ ਲੱਗਿਆ ਹੋਇਆ ਪੀਣ 'ਤੇ। ਇਹ ਨਹੀਂ ਕਿ ਮੈਂ ਅੱਗੇ ਗੱਡੀ ਕਰ ਲਵਾਂ, ਕਿਉਂਕਿ ਉਹ ਇੱਕ ਬਾਈਕ ਵਾਲੇ ਅੰਕਲ ਨੂੰ ਵੀ ਵੇਟ ਕਰਾਈ ਪਈ ਸੀ, ਅਤੇ ਘਰ ਪਹੁੰਚ ਗਏ ਜੀ। ਹੁਣ ਜਿੰਮੀ ਵੀ ਵੇਟ ਕਰ ਰਿਹਾ ਸੀ ਅੰਦਰ, ਨਾ ਕੂਕਾ ਮਾਰਨ ਲੱਗਿਆ ਹੋਇਆ ਕਿ ਆ ਗਏ ਆ ਗਏ, ਅਤੇ ਹੁਣ ਬਸ ਅੱਧਾ ਘੰਟਾ ਮੈਂ ਇੱਥੇ ਰੈਸਟ ਕਰੂੰਗੀ, ਅਤੇ ਫਿਰ ਚੱਲਦੇ ਹਾਂ ਜੀ ਹੁਣ ਆਪਾਂ ਆਪਣੇ ਘਰ ਨੂੰ। ਅਤੇ ਫਰੈਂਡਸ ਪਹੁੰਚ ਗਏ ਜੀ ਮੈਂ ਆਪਣੇ ਘਰ, ਪਹਿਲਾਂ ਸਾਨੇ ਵਾਲ ਪਹੁੰਚੀ, ਅਤੇ ਉਹ ਤੋਂ ਬਾਅਦ ਘਰ ਆ ਗਈ, ਅਤੇ ਟਾਈਮ ਆਪਣਾ ਹੋ ਗਿਆ, ਕਿੰਨਾ ਹੋ ਗਿਆ, 6:30 ਹੋ ਗਏ। ਅਤੇ ਡੇਜ਼ੀ ਡੇਜ਼ੀ ਬੜੀ ਖੁਸ਼ ਹੋਈ ਹੈ, ਅਤੇ ਇਹਦੇ ਖੁਸ਼ੀ ਦਾ ਰਾਜ਼ ਤੁਹਾਨੂੰ ਹੁਣੇ ਦਿਖਾ ਦਿੰਦੀ ਹਾਂ ਕਿ ਕਿਉਂ ਖੁਸ਼ ਆ। ਇਹਦੀ ਖੁਸ਼ੀ ਦਾ ਰਾਜ਼ ਹੈ ਜੀ ਇਹ ਪਕੌੜੇ ਜਿਹੜੇ ਕਿ ਮੇਲੇ ਤੋਂ ਆਏ ਨੇ। ਡੇਜ਼ੀ ਬਹੁਤ ਹਲਕਦੀ ਹੈ ਨਾ ਡੇਜ਼ੀ। ਅਤੇ ਹੁਣ ਖਾਵਾਂਗੇ ਜੀ ਮੇਲੇ ਵਾਲੇ ਪਕੌੜੇ ਜਿਹੜੇ ਕਿ ਮੰਮੀ ਦੇ ਫੇਵਰੇਟ ਨੇ, ਅਤੇ ਮੈਨੂੰ ਸਪੈਸ਼ਲ ਕਹਿ ਕੇ ਮੰਗਵਾਏ ਸੀ ਕਿ ਮੇਲੇ ਵਾਲੇ ਪਕੌੜੇ ਲਿਆਉਣੇ ਆ। ਅਤੇ ਅਮਰ ਤਾਂ ਆਪਣੇ ਅਲੱਗ ਤੋਂ ਵੱਡਾ ਕੋਲਾ ਭਰ ਲੱਗੀ, ਮੈਂ ਆਹ ਲੈਣੀ ਸੀ ਉਹ ਮਿੱਠੀ ਆ।